ਹੋ ਗਈ ਜੀ ਮੰਮੀ ਅੱਜ ਤਾਂ ਇੰਨੀ ਗਰਮੀ। ਹੋਰ ਹੋ ਗਈ ਰੋਟੀ ਤਿਆਰ? ਹਾਂ ਹਾਂ ਭਾਈ ਹੋਈ ਨੀ ਰੋਟੀ ਤਿਆਰ ਅਜੇ। ਲਓ ਵੀ ਆਪਾਂ ਪਹੁੰਚੇ ਹੋਏ ਹਾਂ ਬੰਬੇ, ਤੇ ਬੰਬੇ ਚੱਲ ਰਿਹਾ ਆਪਣਾ ਸੂਟ। ਸੂਟ ਆਪਣਾ ਕਿਹਨਾਂ ਚੱਲਦਾ ਉਹ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ। ਅਤੇ ਆ ਦੇ ਸਾਡੇ ਇੱਧਰ ਡਰੈਕਟਰ ਸਾਹਿਬ, ਇਹ ਡਰੈਕਟਰ ਪਹਿਲਾਂ ਬਾਨੀ ਦੇ ਵਿਆਹ 'ਚ ਬੀਜੀ ਸੀ, ਉਹਦੇ ਕਰਕੇ ਟਾਈਮ ਨਹੀਂ ਦਿੱਤਾ ਸਾਨੂੰ, ਹੁਣ ਵਿਹਲਾ ਹੋਇਆ ਇਹ। ਫਿਰ ਇੰਨਾ ਟਾਈਮ ਤਾਂ ਲੱਗਦਾ ਹੀ ਸਾਨੂੰ। ਬਾਕੀ ਇੱਧਰ ਵੀ ਭਾਈ ਐਕਟਰ ਹੁਣ ਐਕਟਰ ਹੀ ਪਹੁੰਚੇ ਨੇ, ਐਕਟਰ ਹੁਣ ਐਕਟਰ ਲਓ ਭਾਈ ਬਹਿ ਭਾਈ, ਸਾਰੇ ਆਪਦੀ ਆਪਦੀ ਜਗ੍ਹਾ 'ਤੇ ਕਹਿੰਦੇ ਸੈਟਅਪ ਹੋ ਰਿਹਾ। ਅਸਲ 'ਚ ਆਪਾਂ ਇੱਕ ਨਵੀਂ ਚੀਜ਼ ਤਿਆਰ ਕਰ ਰਹੇ ਹਾਂ, ਲੈ ਭਾਈ ਅਸਲ 'ਚ ਆਪਾਂ ਇੱਕ ਨਵੀਂ ਚੀਜ਼ ਤਿਆਰ ਕਰ ਰਹੇ ਹਾਂ, ਤੁਹਾਨੂੰ ਬਹੁਤ ਘੈਂਟ ਚੀਜ਼ ਦੇਖਣ ਨੂੰ ਮਿਲੂਗੀ ਅਤੇ ਉਮੀਦ ਆ ਵੀ ਤੁਹਾਨੂੰ ਪਸੰਦ ਆਊਗੀ। ਅਤੇ ਵੀਡੀਓ ਨਾ ਤੁਸੀਂ ਐਂਡ ਤੱਕ ਬਣੇ ਰਹੋ, ਆਪਾਂ ਤੁਹਾਨੂੰ ਬਣਾਈ ਦਾ ਸੀਨ ਦਿਖਾਉਂਦੇ ਹਾਂ ਵੀ ਆਪਾਂ ਜਿਹੜੀ ਚੀਜ਼ ਸ਼ੂਟ ਕਰ ਰਹੇ ਹਾਂ ਉਹਦਾ ਕੀ ਸੀਨ ਆ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ। ਅਤੇ ਇੱਕ ਨਵੀਂ ਕੋਸ਼ਿਸ਼ ਆਪਾਂ ਕਰ ਰਹੇ ਹਾਂ, ਪੱਖਾ ਤਾਂ ਲਾ ਲਓ ਅਤੇ ਜੇ ਕੋਈ ਮੰਨ ਲਾ ਹੈਲਪਰ ਹੈਗਾ ਜਿਹੜਾ ਕੈਮਰਾ ਸਾਂਭ ਸਕਦਾ ਉਹ ਸਾਡੇ ਨਾਲ ਕੰਟੈਕਟ ਜ਼ਰੂਰ ਕਰਿਓ, ਸਾਨੂੰ ਬੰਦਿਆਂ ਦੀ ਲੋੜ ਆ ਇੱਕ ਦੋ ਦੀ। ਲਓ ਬਈ ਸਾਰਾ ਕੁਛ ਓਕੇ ਹੋ ਗਿਆ, ਹਾਂ ਚਿੱਟਾ ਮੈਂ ਕਹਿੰਦਾ ਤੁਸੀਂ ਖਿਰਾ ਕਰ ਦੇਣਾ ਕੰਮ। ਅਤੇ ਇੱਕ ਮੂਵੀ ਦਾ ਸੂਟ ਚੱਲ ਰਿਹਾ, ਸਾਰੇ ਆਪਣੇ ਡਾਇਲੋਗ ਚੈੱਕ ਕਰ ਰਹੇ ਆ। ਲਓ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਮੂਵੀ ਸੂਟ ਹੁੰਦੀ, ਅਤੇ ਤੁਸੀਂ ਬਣੇ ਰਹੇ ਹੋ ਵੀਡੀਓ ਦਾ ਐਂਡ ਤੱਕ, ਤੁਹਾਨੂੰ ਸਾਰਾ ਆਪਾਂ ਬਿਹਾਈਂਡ ਦਾ ਸੀਨ ਦਿਖਾਵਾਂਗੇ। ਅਤੇ ਆਹ ਦੇਖੋ ਇੱਧਰ ਸਾਰਾ ਸੂਟ ਜਿਹੜਾ ਚੱਲ ਰਿਹਾ। ਅਤੇ ਲਓ ਭਾਈ ਲੈ ਭਾਈ ਲਓ, ਇੱਧਰ ਡਾਇਲੋਗ ਪੜ੍ਹੇ ਜਾਂਦੇ ਆ, ਇੱਧਰ ਡਾਇਲੋਗ ਪੜ੍ਹੇ ਜਾਂਦੇ ਆ। ਬਾਕੀ ਇੱਧਰ ਰੋਟੀ ਤਿਆਰ ਅਜੇ? ਪਹਿਲਾ ਦਿਨ ਪੂਰਾ ਵਧੀਆ ਤੇ ਲਓ ਵੀ ਇੱਕ ਬਹੁਤ ਘੈਂਟ ਚੀਜ਼ ਆਪਾਂ ਲੈ ਕੇ ਆ ਰਹੇ ਹਾਂ, ਤੇ ਵੱਧ ਤੋਂ ਵੱਧ ਤੁਸੀਂ ਸਪੋਰਟ ਕਰਨੀ ਆ। ਤੇ ਗਾਹ ਪੈ ਰਿਹਾ ਫੁੱਲ ਪੂਰਾ ਜ਼ਿਆਦੇ, ਕਿਉਂਕਿ ਪਹਿਲਾ ਸੂਟ ਅੱਜ ਹੋ ਗਿਆ ਕੰਪਲੀਟ। ਹਾਂ ਸਾਡਾ ਇੱਕ ਵਾਰ ਨੀ ਹੋਈ ਉਹ ਹੈਗਾ, ਫਤਿਹ ਬੜੀ ਬੰਦ ਕਰੀ, ਫਤਿਹ ਫਤਿਹ ਬੜੀ ਬੰਦ ਕਰੀ, ਸਹੀ ਗੱਲ ਆ ਸਹੀ ਗੱਲ ਆ। ਹਾਂ
ਸਾਰੀਆਂ ਬੰਦੇ ਸਾਡੇ ਪੂਰੇ ਟੌਪ ਕਲਾਸ ਨੇ। ਲਓ ਭਾਈ ਹੁਣ ਆਪਣੇ ਸ਼ੂਟ ਸਾਟ ਹੋਣ ਤੋਂ ਬਾਅਦ ਸਾਰਾ ਕੁਛ ਹੁੰਦਾ, ਆਪਾਂ ਨੂੰ ਹੁਣ ਆ ਗਏ ਖਾਣ ਨੂੰ ਅੰਬ। ਇੱਧਰ ਐਕਟਰ ਆ ਰਹੇ ਨੇ, ਹੈ ਪ੍ਰੋਡਿਊਸਰ ਵੀ ਮੈਂ ਹੀ ਲੱਗਦਾ ਤੁਹਾਨੂੰ, ਹੈ ਲੱਗਦਾ ਤੁਹਾਡਾ ਪ੍ਰੋਡਿਊਸਰ ਵੀ ਮੈਂ ਹੀ ਆ। ਅਰੇ ਕਹਿਣਾ ਕਿਆ ਚਾਹਤੇ ਹੋ ਸਰ, ਡਾਇਰੈਕਟਰ ਐਡੀਟਰ ਸਭ ਤੋਂ ਮੈਂ ਹੀ ਆ। ਹੋਰ ਆਲਰਾਊਂਡਰ, ਹੋਰ ਭਾਈ ਮਜ਼ਾ ਆਇਆ। ਲਓ ਭਾਈ ਇੱਧਰ ਐਡੀਟਿੰਗ ਆਪਣੀ ਕੰਪਲੀਟ ਹੋ ਗਈ ਤੇ ਆ ਇੱਧਰ ਅੰਮ੍ਰਿਤ ਮਾਨ ਨੇ ਚੈਨਲ ਸਬਸਕ੍ਰਾਈਬ ਕਰਿਆ ਤੇ ਧੰਨਵਾਦ ਅੰਮ੍ਰਿਤ ਮਾਨ ਬਾਈ ਦਾ। ਪੜ੍ਹਨੇ ਲਿਖਣੇ ਵਾਲੇ ਛਾਤਰੋਂ ਕੋ ਰਾਜਨੀਤੀ ਸੇ ਦੂਰ ਰਹਿਣਾ ਚਾਹੀਏ, ਹੈ ਪੜ੍ਹਾਈ ਲਿਖਾਈ ਮੇ ਧਿਆਨ ਲਗਾਓ, IAS ਬਨੋ ਔਰ ਦੇਸ਼ ਕੋ ਸੰਭਾਲ। ਮਿੱਤਰਾਂ ਨੇ ਮੁੱਛ ਰੱਖੀ ਹੈ, ਉਹੀ ਆ ਉਹੀ ਆ ਉਹੀ ਆ, ਉਹ ਦੇਖ ਉਰੇ ਮੈਂ ਖੋਲ ਕੇ ਵੀ ਦਿਖਾ ਦਿੰਦਾ। ਨਹੀਂ ਚੱਲ ਕੋਈ ਨਾ, ਕਾਹਨੂੰ ਜਵਾਤੀ ਹੋਣਾ, ਕਿਹੜੀ ਗੱਲ ਹੈ ਯਾਰ। ਰੁਕੋ ਜਰਾ, ਸਬਰ ਕਰੋ, ਬੋਲਾ ਧੱਕਾ ਮੁੱਕੀ ਨੇ ਆਉ ਕਿੱਥੇ ਹੋ ਗਈ ਹੁਣ ਵਿਹਲਾ ਹੋਇਆ ਉਹ ਖਾੜਾ ਕੋੜ ਲਾ ਕੇ। ਹਾਂ ਅੰਮ੍ਰਿਤ ਮਾਨ ਲੈ, ਅੰਮ੍ਰਿਤ ਮਾਨ ਭਾਈ ਉਹਨੇ ਕਰਿਆ, ਲਓ ਚੱਕੋ ਬਸ 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 ਲਓ ਭਾਈ ਬਾਹਲਾ ਨਹੀਂ ਜਲਾਉਣਾ। ਹਾਂ ਚਲੋ ਠੀਕ ਆ ਵੀ, ਹੁਣ ਤੁਹਾਨੂੰ ਆਪਾਂ ਸਾਰੀਆਂ ਦਿਖਾਤੀਆਂ, ਹੁਣ ਤੁਸੀਂ ਇਹ ਚੈਨਲ ਤੇ ਜਾ ਕੇ ਦੇਖਿਓ, ਠੀਕ ਆ। ਇਹਦਾ ਪਹਿਲਾਂ ਆਣੀ ਬਿਠਾਈ ਜਾਂਦੇ, ਬਾਅਦ ਚ ਪਾਵਾਂਗੇ ਆਪਾਂ, ਮੈਂ ਹੁਣ ਐਵੇਂ ਖਿਆਲ ਵੀ ਕੱਲ ਨੂੰ ਪਾਵਾਂਗੇ। ਠੀਕ ਆ ਜੀ, ਪਤਾ ਵੀ ਕੱਲ ਪੈ ਜਾਵੇ, ਲਾਓ ਚੱਕੋ ਧਮਾਕਾ ਹੋਣਾ। ਸਹੀ ਗੱਲ ਆ।